मैं भी बिट्टू मलन बोल रहा भरावो आ वेखो इन्हों का आ आ आ हालात ने आ साडे तंबू आ अग किहड़े वेले दी लगी आ नाल इन्हां दे मुलाजम खड़े हरियाणा सरकार दे इन्हां नूं नज़र नहीं आ रही भी अग लग गई आ इधर वेखो ते हुण इन्हां ने की कीता जदों दी अग पई आ लाइट का कट आ जिहड़ा उह बंद करता लाइट भी बंद करती मौके ते वेखो अगे लाइट साडी जिहड़ी लाइन आउंदी आ 24 घंटिआं दी लाइन आउंदी आ 24 घंटिआं ते मतलब कि लाइट नहीं जांदी ਤੇ ਹੁਣ 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 ਇਸ ਟਾਈਮ ਮਤਲਬ ਕਿ ਇਹਨਾਂ ਨੇ ਲਾਈਟ ਬੰਦ ਕੀਤੀ ਆ ਕੱਟ ਲਾਇਆ ਇਹਦਾ ਸੱਚੋ ਨੂੰ ਫੋਨ ਕੀਤਾ ਮੈਂ ਸੱਚੋ ਨੂੰ ਫੋਨ ਨਹੀਂ ਚੱਕਿਆ ਇਹ ਸੱਚੋ ਨੂੰ ਫੋਨ ਲਾਇਆ ਮੱਖਣ ਮੇਰਾ ਭਰਾ ਪਧੌੜ ਪਿੰਡ ਦਾ ਸਾਬਕਾ ਸਰਪੰਚ ਹੈ ਮੁੰਡੇ ਨੇ 10 ਸਾਲ ਸਰਪੰਚੀ ਕੀਤੀ ਆ 38 ਸਾਲ ਦੀ ਉਮਰ ਹੈ ਇਹਦੀ ਤੇ ਇਹ ਅਸੀਂ ਦੋਨਾਂ ਨੇ ਫੋਨ ਲਾਏ ਐਸ ਸੱਚੋ ਨੇ ਸਾਡਾ ਫੋਨ ਨਹੀਂ ਚੱਕਿਆ ਭਰਾਵੋ ਉਹ ਸਾਰਾ ਜੰਗਲ ਸੜ ਕੇ ਆਇਆ ਤੰਬੂ ਬਿਲਕੁਲ ਨਜ਼ਦੀਕ ਆ ਇਹਨਾਂ ਦੇ ਇੱਥੇ ਬੰਦੇ ਖੜੇ ਆ ਇਹਨਾਂ ਦੇ ਬੰਦੇ ਦੇਖ ਰਹੇ ਆ ਤਮਾਸ਼ਾ ਤੇ ਮੌਕੇ ਤੇ ਪਤਾ ਸੀ ਵੀ ਪਾਣੀ ਦੀ ਜ਼ਰੂਰਤ ਪਊਗੀ ਅਸੀਂ ਮੀਟਿੰਗਾਂ ਕਰਾ ਰਹੇ ਹਾਂ ਪਾਣੀ ਅਸੀਂ ਆਪਦਾ ਜਮ੍ਹਾਂ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਪਰ ਵਰਤਿਆ ਜਾਂਦਾ ਮੌਕੇ ਤੇ ਇਹਨਾਂ ਨੇ ਸਾਡੀ ਲਾਈਟ ਬੰਦ ਕੀਤੀ ਆ ਇਹ ਹਾਲਾਤ ਨੇ ਇਹਨਾਂ ਦੇ ਅੱਜ ਕੱਲ੍ਹ ਇਹ ਤੁਸੀਂ ਦੇਖੋ ਇਹ ਸਰਕਾਰਾਂ ਦੇ ਇਹ ਚਾਲਬਾਜ਼ ਨੇ ਸਾਨੂੰ ਤਾਂ ਇੱਥੇ ਇਹ ਲੱਗਦਾ ਇੱਥੇ ਜਿਵੇਂ ਕੋਈ ਅੱਗ ਲਾ ਕੇ ਗਿਆ ਜਿਵੇਂ ਪਰਸੋਂ ਚੌਥੇ ਦੀ ਘਟਨਾ ਸਿੰਘੂ ਤੇ ਵਾਪਰੀ ਆ ਉਸੇ ਤਰ੍ਹਾਂ ਬਈ ਸਾਨੂੰ ਤਾਂ ਇਹ ਲੱਗ ਰਿਹਾ ਕਿ ਜਿਵੇਂ ਇੱਥੇ ਕੋਈ ਲਾ ਕੇ ਗਿਆ ਹੁੰਦਾ ਹੈਗਾ ਇਹੀ ਸਿਸਟਮ ਆਉਂਦਾ ਫੜੀ ਵੀਰੇ ਇੱਧਰ ਨੂੰ ਕੈਮਰਾ ਲਾ ਲਾ ਕੇ ਰੰਗ ਦਿਓ ਐ ਨੂੰ ਕਰ ਲਈ ਵੀਰੇ 2 ਮਿੰਟ ਬੋਲ ਦਿੰਦੇ ਆ ਸਾਨੂੰ ਤਾਂ ਇਹ ਲੱਗਦਾ ਜਿਵੇਂ ਮਨਜਿੰਦਰ ਸਿੰਘ ਸਰਸਾ ਬੋਲਿਆ ਸੀ ਵੀ ਉੱਥੇ ਵੀ ਸ਼ਰਾਰਤਬਾਜ਼ੀ ਹੋਈ ਆ ਇੱਥੇ ਵੀ ਸ਼ਰਾਰਤਬਾਜ਼ੀ ਹੋਈ ਆ ਵੀ ਤੰਬੂ ਨੇੜਾ ਤੰਬੂਆਂ ਦੇ ਕੋਲੇ ਅੱਗ ਪਹੁੰਚੇ ਕਿਸੇ ਬਹਾਨੇ ਨਾਲ ਇੱਥੇ ਛੱਡਤੀ ਕਿਉਂਕਿ ਇੱਥੇ ਅੱਗ ਲਾਈ ਆ ਜਿਹੜੀ ਇਹਦੇ ਵਿੱਚ ਸਾਰੇ ਪੱਤਾਬਾਜ਼ ਨੇ ਪੱਤਿਆਂ ਨੂੰ ਗਾਂ ਦੀ ਗਾਂ ਅੱਗ ਧੁਕਦੀ ਆਉਂਦੀ ਆ ਹਵਾ ਬਹੁਤ ਚੱਲ ਰਹੀ ਆ ਹਵਾ ਮਤਾਬਕ ਅੱਗ ਤਾਂ ਨੂੰ ਜਾਣੀ ਆ ਫੜੰਗੇ ਉੱਧਰ ਘੁੱਟ ਕੇ ਤੇ ਕਾਗਜ਼ਾਂ ਦੇ ਤੰਬੂ ਆਟੋਮੈਟਿਕ ਪੈ ਜਾਣੇ ਆ ਵਿੱਚ ਸਿਲੰਡਰ ਆ ਤੇ ਇਹ 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 ਇਹਨਾਂ ਦੀਆਂ ਸ਼ਰਾਰਤਾਂ ਨੇ ਮੌਕੇ ਤੇ ਲਾਈਟ ਬੰਦ ਕਰਤੀ ਆ ਹੁਣ ਅਸੀਂ ਆਏ ਆ ਕੁਝ ਸਾਡੇ ਨੌਜਵਾਨ ਨਾਲ ਨੇ ਅੱਗ ਬੁਝਾਉਣ ਦੀ ਭਰਾਵੋ ਕੋਸ਼ਿਸ਼ ਕਰਦੇ ਆ ਹੋਰ ਵੀ ਤੁਹਾਡੇ ਆ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਬਾਕੀ ਜਿਹੜੇ ਬਾਰਡਰਾਂ ਤੇ ਆ ਤੰਬੂਆਂ ਤੇ ਭਰਾਵੋ ਨਿਗਰਾਨੀ ਰੱਖੋ ਇਹ ਪਗਲਾਟ ਇਹਨਾਂ ਦੀ ਦਿਸੀ ਜਾਂਦੀ ਆ ਸ਼ਰਾਰਤਬਾਜ਼ੀ ਕਰਾਉਂਦੇ ਆ ਸ਼ਰਾਰਤੀਆਂ ਤੋਂ ਇੱਥੇ ਤੁਰੇ ਜਾਂਦੇ ਸੱਟ ਜਾਂਦੇ ਅੱਜ ਕੱਲ੍ਹ ਹਵਾ ਯਾਰ ਐਸੀ ਆ ਨਾਲ ਦੀ ਨਾਲ ਧੁੱਕ ਜਾਂਦੀ ਆ ਬਰਾਨੀ ਧਰਤੀ ਆ ਇੱਥੇ ਇਸ ਕਰਕੇ ਇਹੋ ਜੇ ਇਹ ਸਰਕਾਰਾਂ ਇਹ ਨਕੰਮੀਆਂ ਸਰਕਾਰਾਂ ਇਹਨਾਂ ਤੋਂ ਜਿਹੜਾ ਸਿਸਟਮ ਇਹਨਾਂ ਦਾ ਜਿਹੜਾ ਇਹ ਬੁਖਲਾਟ ਆ ਹਿਟਲਰ ਵਾਲੀ ਰਾਜਨੀਤੀ ਇਹ ਕਰ ਰਿਹਾ ਵੀ ਹੁਣ ਉਵੇਂ ਤਾਂ ਨਹੀਂ ਉੱਠਦੇ ਮੈਂ ਸਣੀ ਅੱਗ ਲਾ ਕੇ ਤੰਬੂਆਂ ਦੇ ਵਿੱਚ ਡਰ ਕੇ ਚਲੇ ਜਾਣਗੇ ਜਾਂ ਐ ਬਾਈ ਜੀ ਮਰਨ ਨੂੰ ਤਿਆਰ ਬੈਠੇ ਆ ਕੋਈ ਗੱਲ ਨਹੀਂ ਅੱਗ ਦੇ ਵਿੱਚ ਮੱਚ ਜਾਾਂਗੇ ਪਰ ਉਹਨਾਂ ਚਿਰ ਨਹੀਂ ਉੱਠਦੇ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਅਸੀਂ ਦਿਨ ਰਾਤ ਪਹਿਰੇ ਦੇਵਾਂਗੇ ਅੱਗੇ ਵੀ 26 ਤੋਂ ਹਫਤਾ ਅਸੀਂ ਕੱਢਿਆ ਹੁਣ ਵੀ ਅਸੀਂ 2 ਮਹੀਨੇ ਕੋਈ ਗੱਲ ਨਹੀਂ ਖਿਆਈ ਆਊਗੀ ਜੀ ਸਦਕੇ ਨਰਿੰਦਰ ਮੋਦੀ ਝੱਲਾਂਗੇ ਜਿੱਥੇ ਮਰਜ਼ੀ ਆ ਜਾ ਸਾਡੇ ਨਾਲ।